ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਹੁਣ ਦੁਬਾਰਾ ਸਿੱਖਾਂ ਦੇ ਖਿਲਾਫ ਨਮਾਕਾਰਾ ਕਰ ਦਿੱਤਾ ਸਿੱਖਾਂ ਦੇ ਜ਼ਖਮਾਂ ਤੇ ਕਾਂਗਰਸ ਨੇ ਲੂਣ ਛੜਕਿਆ ਸਿੱਖਾਂ ਦੇ ਕਾਤਲਾਂ ਨੂੰ ਵੱਡੇ ਆਉਦੀ ਦਿੱਤੇ ਜਾ ਰਹੇ ਆ ਉੱਥੇ ਹੀ ਹਰਮੇਸ਼ ਸਿੰਘ ਕਾਲਕਾ ਨੇ ਕਿਹਾ ਕਾਂਗਰਸ ਨੇ ਦਿੱਲੀ ਚ ਹੋਣ ਜਾ ਰਹੀਆਂ ਐਮਸੀਡੀ ਚੋਣਾਂ ਦੇ ਵਿੱਚ ਬਣਾਈ ਗਈ ਐਮਸੀਟੀ ਦੀ ਕਮੇਟੀ ਦੇ ਵਿੱਚ ਸਿੱਖਾਂ ਦੇ ਕਾਤਲ ਜਗਦੀਸ਼ ਟਾਇਟਲਰ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬਣਾਈ ਗਈ ਕਮੇਟੀ ਦੀ ਲਿਸਟ ਦੇ ਵਿੱਚ ਅੱਜ ਕਾਂਗਰਸ ਨੇ ਜਗਦੀਸ਼ ਟਾਇਟਲਰ ਦਾ ਨਾਮ ਸ਼ਾਮਲ ਕੀਤਾ ਜਿਸ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਉੱਥੇ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਮਿਲਣ ਦੀ ਥਾਂ ਤੇ ਸਿੱਖਾਂ ਦੇ ਜ਼ਖਮਾਂ ਤੇ ਹੋਰ ਨੂਨ ਛਿੜਕੇ ਜਾ ਰਹੇ ਆ ਉੱਥੇ ਹੀ ਹਰਮਿਤ ਸਿੰਘ ਕਾਲਕਾਂ ਨੇ ਸੇਕੌਮ ਨੂੰ ਅਪੀਲ ਕੀਤੀ ਕਿ ਸੇਕੌਮ ਇਨ੍ਹਾਂ ਪ੍ਰਤੀ ਜਾਗਰੂਕ ਹੋ ਜਾਵੇ ਅੱਜ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਫਿਰ ਤੋਂ ਨਮਕ ਛਿੜਿਆ। ਔਰ ਲਗਾਤਾਰ 38 ਸਾਲਾਂ ਤੋਂ ਜਿਹੜੇ ਇਨਸਾਫ ਦੀ ਮੰਗ ਸਿੱਖ ਕੌਮ ਕਰਦੀ ਆ ਰਹੀ ਹੈ ਜਿਹੜੇ 1984 ਦੇ ਵਿੱਚ ਸਿੱਖ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਕਾਤਲਾਂ ਨੂੰ ਜਿਹੜੀਆਂ ਸਜ਼ਾਵਾਂ ਦੇਣ ਦੀ ਗੱਲ ਮੰਗ ਕਰਦੇ ਆ ਰਹੇ ਹਾਂ ਸੀ ਉਹਦੇ ਨਾਲ ਨਾਲ ਜਿਹੜੀਆਂ ਸਜ਼ਾਵਾਂ ਦੇ ਵਿੱਚ ਜਿਹੜੇ ਲੋਕ ਆਈਡੈਂਟੀਫਾਈਡ ਨੇ ਜਿਹਦੇ ਵਿੱਚ ਜਗਦੀਸ਼ ਟੈਟਲਰ ਦਾ ਬੜਾ ਵੱਡਾ ਨਾਮ ਆਂਦਾ ਹੈ ਅੱਜ ਉਹਨੂੰ ਫਿਰ ਤੋਂ ਦਿੱਲੀ ਦੀਆਂ ਐਮਸੀਡੀ ਦੇ ਚੋਣਾਂ ਦੇ ਜਿਹੜੀ ਇਲੈਕਸ਼ਨ ਕਮੇਟੀ ਬਣਾਈ ਗਈ ਉਹਦੇ ਵਿੱਚ ਉਹਦੀ ਅਹਿਮ ਭੂਮਿਕਾ ਵਿੱਚ ਪਾਈ ਗਈ ਹੈ ਉਹਨਾਂ ਦਾ ਨਾਮ ਵਿੱਚ ਪਾਇਆ ਗਿਆ ਮੈਂ ਸਮਝਦਾ ਕਿ ਕਾਂਗਰਸ ਜਾਣ ਬੂਝ ਕੇ ਇਸ ਗੱਲ ਦੇ ਉੱਤੇ ਲੱਗੀ ਹੈ ਕਿ ਹਰ ਵਕਤ ਸਿੱਖਾਂ ਦੇ ਨਾਲ ਟਕਰਾਵ ਦੇ ਵਿੱਚ ਰਹਿਣ ਦੀ ਔਰ ਸਿੱਖਾਂ ਦੇ ਨਾਲ ਹਮੇਸ਼ਾ ਧੱਕਾ ਕਰਨ ਦੀ ਸੋ ਮੈਂ ਜਿਹੜੀ ਇਹਨਾਂ ਦੀ ਪਾਰਟੀ ਹਾਈ ਕਮਾਂਡ ਉਨਾਂ ਨੂੰ ਇੱਕ ਵਾਰ ਫਿਰ ਕਮਾਂਗਾ ਕਿ ਇਸ ਗੱਲ ਨੂੰ ਰਿਵਾਈਜ਼ ਕਰੋ ਔਰ ਇਹ ਜਿਹੜਾ ਤੁਸੀਂ بار بار ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਛੜਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਵਾਰ ਨਹੀਂ ਖਾਏਗਾ ਔਰ ਸੰਗਤਾਂ ਨੂੰ ਵੀ ਅਪੀਲ ਕਰਾਂਗਾ ਕਿ ਇਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਕਿ ਆਨ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਸਿੱਖਾਂ ਕਾਤਲਾ ਸਿੱਖਾਂ ਦੇ ਕਾਤਲਾਂ ਨੂੰ ਉਹਦੇ ਵਿੱਚ ਜ਼ਿੰਮੇਵਾਰੀ ਅਹਿਮ ਦਿੱਤੀ ਜਾ ਰਹੀ ਹੈ ਜਗਦੀਸ਼ ਟੈਟਲਰ ਵਰਗਿਆਂ ਨੂੰ ਇਹਨਾਂ ਨੂੰ ਆਪਣੀ ਸੂਝ ਸਮਝ ਦੇ ਨਾਲ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੇਸ਼ ਸਿੰਘ ਕਾਲਕਾ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਹੁਣ ਦੁਬਾਰਾ ਸਿੱਖਾਂ ਦੇ ਖਿਲਾਫ ਨਮਾਕਾਰਾ ਕਰ ਦਿੱਤਾ ਸਿੱਖਾਂ ਦੇ ਜ਼ਖਮਾਂ ਤੇ ਕਾਂਗਰਸ ਨੇ ਲੂਨ ਛੜਕਿਆ ਸਿੱਖਾਂ ਦੇ ਕਾਤਲਾਂ ਨੂੰ ਵੱਡੇ ਆਉਦੀ ਦਿੱਤੇ ਜਾ ਰਹੇ ਆ ਉੱਥੇ ਹੀ ਹਰਮੇਸ਼ ਸਿੰਘ ਕਾਲਕਾ ਨੇ ਕਿਹਾ ਕਾਂਗਰਸ ਨੇ ਦਿੱਲੀ ਚ ਹੋਣ ਜਾ ਰਹੀਆਂ ਐਮਸੀਡੀ ਚੋਣਾਂ ਦੇ ਵਿੱਚ ਬਣਾਈ ਗਈ ਐਮਸੀਡੀ ਦੀ ਕਮੇਟੀ ਦੇ ਵਿੱਚ ਸਿੱਖਾਂ ਦੇ ਕਾਤਲ ਜਗਦੀਸ਼ ਟੈਟਲਰ ਨੂੰ ਸ਼ਾਮਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬਣਾਈ ਗਈ ਕਮੇਟੀ ਦੀ ਲਿਸਟ ਦੇ ਵਿੱਚ ਅੱਜ ਕਾਂਗਰਸ ਨੇ ਜਗਦੀਸ਼ ਟੈਟਲਰ ਦਾ ਨਾਮ ਸ਼ਾਮਲ ਕੀਤਾ ਜਿਸ ਨਾਲ ਸਿੱਖਾਂ ਦੇ ਹਿਰਦੇ ਬਲੁੰਦਰ ਗਏ ਆ ਉੱਥੇ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਮਿਲਦੀ ਥਾਂ ਤੇ ਸਿੱਖਾਂ ਦੇ ਜ਼ਖਮਾਂ ਤੇ ਹੋਰ ਲੂਣ ਛਿੜਕਿਆ ਜਾ ਰਿਹਾ ਉੱਥੇ ਹੀ ਹਰਮਿਤ ਸਿੰਘ ਕਾਲਕਾ ਨੇ ਸੇਕੌਮ ਨੂੰ ਅਪੀਲ ਕੀਤੀ ਕਿ ਸੇਕੌਮ ਇਨ੍ਹਾਂ ਪ੍ਰਤੀ ਜਾਗਰੂਕ ਹੋ ਜਾਵੇ ਅੱਜ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਫਿਰ ਤੋਂ ਨਮਕ ਛਿੜਿਆ। ਔਰ ਲਗਾਤਾਰ 38 ਸਾਲਾਂ ਤੋਂ ਜਿਹੜੇ ਇਨਸਾਫ ਦੀ ਮੰਗ ਸਿੱਖ ਕੌਮ ਕਰਦੀ ਆ ਰਹੀ ਹੈ ਜਿਹੜੇ 1984 ਦੇ ਵਿੱਚ ਸਿੱਖ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਕਾਤਲਾਂ ਨੂੰ ਜਿਹੜੀਆਂ ਸਜ਼ਾਵਾਂ ਦੇਣ ਦੀ ਗੱਲ ਮੰਗ ਕਰਦੇ ਆ ਰਹੇ ਹਾਂ ਅਸੀਂ ਉਹਦੇ ਨਾਲ ਨਾਲ ਜਿਹੜੀਆਂ ਸਜ਼ਾਵਾਂ ਦੇ ਵਿੱਚ ਜਿਹੜੇ ਲੋਕ ਆਈਡੈਂਟੀਫਾਈਡ ਨੇ ਜਿਹਦੇ ਵਿੱਚ ਜਗਦੀਸ਼ ਟੈਟਲਰ ਦਾ ਬੜਾ ਵੱਡਾ ਨਾਮ ਆਂਦਾ ਹੈ ਅੱਜ ਉਹਨੂੰ ਫਿਰ ਤੋਂ ਦਿੱਲੀ ਦੀਆਂ ਐਮਸੀਡੀ ਦੇ ਚੋਣਾਂ ਦੇ ਜਿਹੜੀ ਇਲੈਕਸ਼ਨ ਕਮੇਟੀ ਬਣਾਈ ਗਈ ਉਹਦੇ ਵਿੱਚ ਉਹਦੀ ਅਹਿਮ ਭੂਮਿਕਾ ਵਿੱਚ ਪਾਈ ਗਈ ਹੈ ਉਹਨਾਂ ਦਾ ਨਾਮ ਵਿੱਚ ਪਾਇਆ ਗਿਆ ਮੈਂ ਸਮਝਦਾ ਕਿ ਕਾਂਗਰਸ ਜਾਣ ਬੁੱਝ ਕੇ ਇਸ ਗੱਲ ਦੇ ਉੱਤੇ ਲੱਗੀ ਹੈ ਕਿ ਹਰ ਵਕਤ ਸਿੱਖਾਂ ਦੇ ਨਾਲ ਟਕਰਾਵ ਦੇ ਵਿੱਚ ਰਹਿਣ ਦੀ ਔਰ ਸਿੱਖਾਂ ਦੇ ਨਾਲ ਹਮੇਸ਼ਾ ਧੱਕਾ ਕਰਨ ਦੀ ਸੋ ਮੈਂ ਜਿਹੜੀ ਇਹਨਾਂ ਦੀ ਪਾਰਟੀ ਹਾਈ ਕਮਾਂਡ ਹੈ ਉਨਨ ਨੂੰ ਇੱਕ ਵਾਰ ਫਿਰ ਕਮਾਂਗਾ ਕਿ ਇਸ ਗੱਲ ਨੂੰ ਰਿਵਾਈਜ਼ ਕਰੋ ਔਰ ਇਹ ਜਿਹੜਾ ਤੁਸੀਂ बार-बार ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨਮਕ ਛੜਨ ਦੀ ਕੋਸ਼ਿਸ਼ ਕਰ ਰਹੇ ਹੋ ਤੁਹਾਨੂੰ ਵਾਰ ਨਹੀਂ ਖਾਏਗਾ ਔਰ ਸੰਗਤਾਂ ਨੂੰ ਵੀ ਅਪੀਲ ਕਰਾਂਗਾ ਕਿ ਇਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਕਿ ਆਨ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਹਨਾਂ ਸਿੱਖਾਂ ਕਾਤਲਾ ਸਿੱਖਾਂ ਦੇ ਕਾਤਲਾਂ ਨੂੰ ਉਹਦੇ ਵਿੱਚ ਜ਼ਿੰਮੇਵਾਰੀ ਅਹਿਮ ਦਿੱਤੀ ਜਾ ਰਹੀ ਹੈ ਜਗਦੀਸ਼ ਟੈਟਲਰ ਵਰਗਿਆਂ ਨੂੰ ਇਹਨਾਂ ਨੂੰ ਆਪਣੀ ਸੂਝ ਸਮਝ ਦੇ ਨਾਲ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ